ਤੁਸੀਂ ਦੱਸਣਾ ਹੈ ਗੈਸ ਹੈ ਇਸਲਾਮਾਬਾਦ ਰੋ ਇਹ ਤਾਂ ਮੁਰੀ ਵਾਪਸ ਆਏ ਆ ਨਾ ਤਾਂ ਵਾਪਸੀ ਬਾਈਕ ਪਰ ਲਈ ਹਵਾ ਨਾ ਪੁੱਛੋ ਫਿਰ ਕੀ ਹਾਲਤ ਹੋਈ ਆ ਬੁਖਾਰ ਸਰੇ ਦਰਦ ਉਹ ਦਿਨ ਤਾਂ ਰਾਤਾਂ ਬੜੀਆਂ ਮੁਸ਼ਕਲਾਂ ਕੱਢੀਆਂ ਸੇ ਵਿੱਚ ਦਰ ਨਿਕਲਾ ਹੈ ਇਹ ਵਾਰੀ ਤਾਂ ਬੁਖਾਰ ਹੈ ਇਹ ਵਾਰੀ ਤਾਂ ਉਸ ਤੋਂ ਬਾਅਦ ਅਲਹਮਦੁਲਿਲਾ ਆ ਡਾਕਟਰ ਕੋਲੋਂ ਦਵਾਈਆਂ ਕਿੰਨੀਆਂ ਉਸ ਤੋਂ ਬਾਅਦ ਠੀਕ ਹਾਂ ਤਬੀਅਤ ਅਲਹਮਦੁਲਿਲਾ ਬਿਹਤਰੀ ਆਇਤੋ ਬਿਹਤਰ ਹੈ ਤਾਂ ਮੈਂ ਵੀਡੀਓ ਬਣਾਣਾ ਕਾਫੀ ਪਹਿਨਾ ਪੁਰਾਣੇ ਕਮੈਂਟ ਤੱਕੇ ਸੇ ਕਮੈਂਟ ਕਈ ਨਾ ਰਿਮੂਵ ਕਰਿਛਨੇ ਦੋ ਦਿਨ ਹੋਈਏ ਵੀਡੀਓ ਨਹੀਂ ਅਪਲੋਡ ਹੋਈ ਮੁੜੀ ਕਮੈਂਟ ਰਿਮੂਵ ਪਤਾ ਨਹੀਂ ਕੌਣ ਕਰਨਾ ਸਾ ਚਲੋ ਜਿਨ੍ਹਾਂ WhatsApp ਮੈਸੇਜ ਕੀਤੇ ਉਹਨਾਂ ਨੇ ਮੈਸੇਨ ਕਰੀ ਕਿੰਦੇ ਸੇ ਤਾਂ ਅੱਜ ਅਸਾਂ ਵੀਡੀਓ ਬਣਾਣੇ ਆ ਤਾਂ ਦਵਾਈਆਂ ਜੜੀਆਂ ਨਾ ਤੁਸੀਂ ਬੇਫਿਕਰ ਹੋ ਮੈਂ ਲਾਜ਼ਮੀ ਟਾਈਮ ਪਰ ਖਾਸਾਂ ਕਿਸੇ ਤਾਥੀ ਇਹ ਅਲਾਵਾ ਹੋਰ ਕੁਝ ਵੀ ਨਹੀਂ ਆ ਸੇਦ ਹੈ ਤਾਂ ਸਭ ਕੁਝ ਜਾ YouTube ਵੀ ਆ ਸਭ ਕੁਝ ਵੀ ਆ ਔਰ ਉਮੀਦ ਕਰਨਾ ਸਾਰੇ ਭੈਣੋ ਭਰਾ ਤੁਸੀਂ ਵੀ ਠੀਕ ਠਾਕ ਹੋ ਸੋ ਅਗਰ ਕੋਈ ਬੰਦਾ ਬਿਮਾਰ ਆ ਮਾਰੀ ਤਰ੍ਹਾਂ ਤਾਂ ਅੱਲਾਹ ਪਾਕ ਉਸਨੂੰ ਨਹੀਂ ਸਿਹਤ ਦੇਣ ਤੇ ਤੁਸੀਂ ਹਮਾਰੇ ਸਨ ਦੁਆ ਕਰੀ ਰਹੇ ਜਿਹੜੇ ਬਿਮਾਰ ਹੋਣੇ ਆਣੇ ਇੱਕ ਦੋਸਤ ਨੇ ਦੁਆ ਕਰਨ ਜਲਦੀ ਠੀਕ ਹੋਏ ਜਣੇ ਜਾਂ ਬੰਦਾ ਸਿਤਮੰਦ ਵਾ ਉਹ ਠਹਿਰੀ ਰਹੀ ਤੇ ਦੁਆ ਕਰਨਾ ਜਾਂ ਬਿਮਾਰ ਹੋਣਾ ਦੋਸਤ ਨੇ ਤੁਰ ਦੁਆ ਕਰਨ ਹੋਣਾ ਕਿ ਉਹ ਜਲਦੀ ਠੀਕ ਹੋ ਜਾ ਸੂਰਜ ਗਰੂਬ ਹੋਣੇ ਲਾ ਇਸ ਪਾੜੀ ਤੋਂ ਪਿਛਾ ਹੋ ਜਾਸੀ ਔਰ ਮੌਸਮ ਸਹੀ ਦੱਸਨੇ ਆ ਮੌਸਮ ਜਰਾ ਉਹ ਕਾਫੀ ਜ਼ਿਆਦਾ ਤੁਨਕਾਰ ਪਿਆ ਵਾ ਸਈ ਨਜ਼ਰਾਂ ਨੂੰ ਅਸਤੀ ਕੋਈ بارشਾਂ ਲਈ ਚਾਂਸ ਕੋਨੀ ਦਿਸਨੇ ਪੇ ਕੋਈ ਚਾਰਚ ਰੂਆ ਕੁਝ ਵੀ ਨਹੀਂ ਵਾ ਕਰਨੇ ਆ ਅੱਲਾ ਪਾਕ بارش ਦੇਸਨ ਕਿ ਕਿ ਅਸਾਂ ਕਦਮ ਜੜੀ ਹੋ ਰਾਇਸ਼ਵਰੀ ਆ ਤੁਸੋਂ ਸੋਈਨੇ ਆ ਸੋ ਕਿ ਫਸਾਂ ਲਾਸਿਆ ਆ ਗਿਆਂ ਅਸਗਲੀ ਕੁੱਤਾ ਅਸ਼ਨਾ ਪੇ ਅਸਾਂ ਦਾ ਮਾੜੀ ਬੁੱਢੀ ਕੁੱਤੇ ਤੱਕੇ ਤੇ ਡਰੀ ਨਸੀ ਵੀ ਤਾਂ ਮੈਂ ਸੋਇਆ ਤੁਸਾਂ ਸਾਂ ਸਈ ਦਸਨੇ ਆ ਕਿ ਬੱਕਰੀਆਂ ਪੱਤਰ ਬਹੁਤ ਇਦੇ ਤੱਕ ਕਿ ਕਿ ਨੂੰ ਘਾਲਤ ਕਰਿ ਸ਼ੁਨੀ ਬਤਰਾਨੀ ਸਾਰਾਥ ਲਸਤੀਨਾ ਸਾਰਾ ਖਰਾਬ ਗਰਸ਼ਣੀਆਂ ਸਾਰੇ ਬੰਦੇ ਆਣੇ ਸੇ ਕਿ ਬੱਕਰਾ ਵੇਚੀ ਸ਼ੁਰੂ ਬੱਕਰਾ ਵੇਚੀ ਸ਼ੁਰੂ ਤਾਂ ਬੱਕਰਾ ਦਵੰਦਾ ਆ ਜਾ ਕੋਈ ਲਾਵਾ ਬੱਕਰਾ ਆ ਖੇਰਮਾ ਤਾਂ ਆ ਜਾ ਇਤਨੇ ਜ਼ਿਆਦਾ ਉਮਰਾਂ ਨਾ ਕੋਈ ਕੱਤ ਜ਼ਿਆਦਾ ਕਰੀਗੇ ਅੱਛਾ ਜੀ ਤੁਸੀਂ ਦੱਸਨੇ ਚੱਲਿਆ ਕਿ ਮਾਰੀ ਬੁਟੀਆਣੀ ਬਾਹਰ ਜਸੋ ਉਹ ਉਧਰ ਪ੍ਰੈਸ ਤੱਕ ਹੀ ਕਿੰਨੇ ਉਹ ਜਿਹੜੀ ਅਸਾਂ ਜਗ੍ਹਾ ਹੀ ਨਾ ਪਰਲੇ ਪਾਸਾ ਉਤੋਂ ਕੱਸੀ ਗੁਜ਼ਰਨੀ ਹੈ ਤਾਂ ਉਹ ਕਾਫੀ ਉੱਚੀ ਜਗ੍ਹਾ ਹੈ ਆਣੇ ਉੱਥੇ ਜੁਲੀ ਤੱਕ ਸਾਂ ਪਰੇ ਕਿਆ ਮੈਂ ਆ ਪਰੇ ਉਹ ਗਾ ਕੁਝ ਨਹੀਂ ਆ ਉਧਰ ਪਾਨ ਮਾਵੇਂ ਨਿਕਾਰੇ ਆ ਫਿਰ ਕਿ ਆ ਅੰਬੂਜ ਕੁੱਤੇ ਅੰਬੂਦ ਕੱਚੇ ਜਾਂ ਕੋਈ ਪੱਕੇ ਵੀ ਨਹੀਂ ਐ ਬਸ ਅੰਬੂਦਾ ਨਹੀਂ ਜਾਂ ਛੋਰੀ ਛਿਰੋ ਹੋ ਜਾ ਉਹ ਛਾਪਰ ਚੇਨ ਨੂੰ ਸਾਕਲ ਬਾਹਰ ਖਲਿਆ ਸਾ ਤਿਆਰੀ ਕੀਤੀ ਸੀ ਡੜਿਆਲ ਜਾਣੇ ਨਹੀਂ ਤਾਂ ਉਹ ਕੈਨਸਲ ਹੋਏਗੀ ਆ ਵਾਹ ਜੀ ਵਾਹ ਵਾਹ ਜੀ ਵਾਹ ਕੁੱਕੜਾ ਇਹ ਬੰਦਾ ਮੋਹਨ ਲਾ ਬੱਟੇ ਭਗਾਨ ਲਾ ਪੱਟਾ ਹੀ ਨਹੀਂ ਪੁੱਝਿਆ ਵਾ ਬਚਾਰੇ ਹੋਰ ਦਰਨੇ ਸਾ ਨਸੀਏ ਆ ਥੋੜੇ ਜੇ ਬੜੇ ਹੋਣ ਤਾਂ ਫਿਰ ਨੇ ਜ਼ਬਾ ਕਰਸਾਂ ਐਸ ਪਾਪਾ ਜੀਆਂ ਰਿਆ ਤੁਸੀਂ ਦੱਸਨੇ ਚੱਲੇ ਆ ਜਿਹੜੀ ਕਣਕੀ ਹੋ ਰਾਈ ਸੀ ਤਾਂ بارش ਹੋਈ ਕੋ ਨਹੀਂ ਆ ਤਾਂ ਹੋਂ ਜਰਾ ਨਾ ਕੰਬਰਾ ਖਰਾਬ ਹੈ ਤਾਂ ਇਥਾ ਸੰਭਾੜੀ ਵਿਜੜਾ ਨਾ ਪਸੋਂ ਪਿਆ ਤਾਂ ਕੀ ਹੋਸੀ ਨਾ ਇਥਾ ਬਾੜੀ ਚੋਂ ਅਸਾਂ ਪਾਣੀ ਲਾਣੇ ਆ ਕੁਦਰਜਲੀ ਹੈ ਓ ਹੂ ਸਰਬਜੁਸਾਂ ਤੁਸੀਂ ਦੱਸਨੇ ਆ ਚੈੱਕ ਕਰਿਸ ਕਿ ਨਾ ਇਹ ਬਾਰਿਸ਼ ਨਾ ਹੋਣੇ ਵਜਾ થી ਬਾੜੀ ਬਿਲਕੁਲ ਰੁੱਖੀ ਰੁੱਖੀ ਹੋਈਗੀ ਆ और मज़े हैं जी तो साइड कि पता लगना है ना गदम निकली है पैदा हुई है उसने वजह ये मैं आधाई का नज़र दो बूटे आया चकरों हरे हरे ओ दा भी दाविये चलो अल्लाह खैर करास जमी है अच्छा ना तो फिर क्या बारिश जैसी ये भी ये एक आया हम्म आ मैंने बताया तो घास ये नीचे के आ ਆ ਤਾਂ ਖਲੋ ਤਕਾਂ ਲਾਓ ਸਿੱਧੇ ਬੂੰ ਦਿਸੀਆਂ ਤਕੇ ਆ ਪਤਾ ਨਾ ਆ سامنے ਆ ਤਾਂ ਮਾਮੂਨੇ ਘਰ ਪਾਰੇ ਇਹ ਸੰਟਰ ਵਿੱਚ ਜਿਹੜਾ ਨਾ ਇੱਕ ਅੱਸੀ ਗੁਜ਼ਰਨੀ ਆ ਇਹ ਪਹਿਲੇ ਆਨੇ ਕਿ ਉਹ ਪਾਰੀ ਜਗਾ ਇਹ ਜਗਾ ਸੇਮ ਇੱਕ ਸੀ इसने बिच मतलब इसरा पानी गुजरना रहा गुजरने 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 वो टली गई मैं कोई टाइम पहले जगह पारी ए बराबर होने सी हूं ये मानिया अखी तक, तक ने, ओ, तो कौन कितनी नीचे टली गई तो और थो थोड़ा टाइम गुजरिया और थला लगी ये दसने कि उसरा होनी सी ठीक है ये जाने होने बूटा उसरा टच होना सी ये सारी प्रोरी गई थे ये भी जगह सी बाड़ी ने साह ले लेने से ठीका, ओ, था लेने से तो तो त्रुटि गई सारी बुढ़िया आई है ना चाहिए जो मारी तबीयत तो खराब भी बिल्कुल सही लकड़ियाँ चार लकड़ी ਸਮਝ ਆ ਗਈ ਨਾ ਸਮਝ ਗਈ ਹੋ ਨਾ ਠੀਕ ਅਸਾਂ ਆਇਆ ਤਾਂ ਕੁੱਤੇ ਸੁਜਬ ਤਾਂ ਨਿਕੜੀ ਚੀ ਤੱਕਣ ਜਿਲੇ ਤਾਂ ਮੈਂ ਵੀ ਜੁਲਾ ਤੱਕ ਹੀ ਛਾ ਓਏ ਪਿਛਾ ਆਇਆ ਠੀਕ ਆ ਲਗਾਸ਼ ਨਾ ਗਿਆ ਇਸਲਾ ਅੱਛਾ ਜੀ ਦੂਸੇ ਦੱਸਣਿਆ ਕਿ ਮਾੜੀ ਵਾਈਫ ਨਹੀਂ ਸੀ ਸਿਹਤ ਖਰਾਬ ਸੀ ਅਸ ਗਲੀ ਪਾਣੀ ਬੋ ਕੱਟ ਪੀਨੇ ਰੇ ਤੁਸੀਂ ਪਤਾ ਕਿ ਮੌਸਮ ਚੇਂਜ ਆ ਨਾ ਹੋਂ ਸਰਦੀ ਆ ਸਰਦੀ ਦੀ ਵਜ੍ਹਾ થી ਬੰਦੇ ਨੂੰ ਪਿਆਸ ਨਹੀਂ ਲੱਗਣੀ ਜੇ ਪਾਣੀ ਪੀਆ ਗਰ प्यास ना लगा उसने बावजूद से ठीक रही क्योंकि सर्दियों अमूमन ये होना कि बिल्कुल हो प्यास से नहीं लगनी बनाना ना कस्ते पानी पिया पर इस मौसम खास करी बने जड़ा पानी है नहीं। हो जानी बुके दर्द हो जाना ते फिर इसनी तबीयत खराब गई सी ते इसी डॉक्टर के पानी यानी कमी आई गई है ता ना बोतल इतने घर लुआन इस टाइम ਚੈੱਕ ਕਰੀ ਸਕਨੇ ਹੋ ਕਿ ਬੋਤਲ ਲੱਗੀ ਵੀ ਤਾਂ ਮੈਂ ਜਗਾੜੇ ਕੀਤਾ ਆ ਤੁਸੇ ਪਤਾ ਆਸਨੇ ਤਾਂ ਕਸ਼ਮੀਰੀ ਜਗਾੜੇ ਹੋਣੇ ਡੰਡਾ ਤਾਂ ਨਾਲ ਬੰਦਾ ਬੈਠਾ ਨੇ ਤੇ ਇਸਨੇ ਪ੍ਰੋ ਰਸੀ ਬੰਨੀ ਤਾਂ ਮੂਰੀ ਬੋਤਲ ਲੱਗੀ ਵੀ ਆ ਤਾਂ ਇਸ ਟਾਈਮ ਬੋਤਲ ਲੱਗੀ ਵੀ ਚਲੋ ਉਹਨੀਆਂ ਬੈਠਾ ਤੱਕ ਨਾ ਵੀ ਕਿ ਡਾਕਟਰਾਂ ਸੈਲੇ ਪੁੱਤ ਖਤਮ ਹੋਈ ਨਾ ਉਲਾ ਲੈ ਸੁਰਿਆ ਮੈਂ ਯਾਦ ਹੀ ਇੱਕ ਵਾਰ ਮੈਂ ਕਾਫੀ ਜ਼ਿਆਦਾ ਬਿਮਾਰ ਹਾਂ ਸਾਂ ਤਾਂ ਮੈਂ ਬੋਤਲਾਂ ਲਈਆਂ ਉਸਨੇ ਨਾ ਤਾਂ ਮੈਂ ਜਿਹੜਾ ਬੋਤਲ ਲੈਣੇ ਸੀ ਉਹ ਕਤਰੇ ਟੇਣਾ ਹੋਣੇ ਸੀ ਨਾ ਮੈਂ ਗਿਨਣਾ ਰਹਿਣਾ ਸਾਂ ਕਿਤਨੇ ਜਿਹੜੇ ਮਾੜੇ ਜਿਸਮੇ ਚਾਈ ਚੁੱਕੇ ਪਾਣੀਆਂ ਨੇ ਤਾਂ ਉਹਨੇ ਮੈਂ ਤਾਂ ਬਠਵਾ ਕਤਰੇ ਗਿਨਣਾ ਪਿਆ ਕਿੰਨੇ ਟਿੰਮੀਆਂ ਬੋਤਲ ਮੁਕਸੀ ਤਾਂ ਉਸ ਦੀ ਬਾਤ ਕੋ ਨੋ ਲਾ ਲਾਸਾਂ ਤਾਂ ਫਿਰ ਇਜ਼ੀ ਹੋ ਸਾਂ ਕਿ ਸਾਡਾ ਮਾੜੀਆਂ ਵੀ ਮੈਡੀਸਨ ਆਈਆਂ ਪਾਣੀਆਂ ਮੈਂ ਖਾਣੀਆਂ ਸ਼ੁਰੂ ਕੀਤੀਆਂ ਸੀ ਤਾਂ ਕਦੀ ਠੀਕ ਹੋਈ ਸੀ ਤਾਂ ਫਿਰ अल्लाह किता अलखमदुला अलखम काफी ज्यादा अब बेहतर आज तसने गुडनी चली चाही गुडनी ना उसे पटसा गिणती ज्यादा बजनी है और खन ओखी है मैं ये उल्ली चुले हाँ इस टाइम में लाज जा पे नीचे कि बूटी कोनी है ठीक है कोई चादर नादर कोई बूटा हो मगर इसी दिस्मा नहीं होनी एक निकी एक बरी जी नि होनी सब तू तो अच्छी होनी है ਇਸ ਇਰੀ ਇਥਾ ਇਧਰ ਕੋ ਨਹੀਂ ਅੱਛਾ ਜੇ ਤੁਸੀਂ ਦੱਸਣ ਆਹ ਵਾਹਿ ਜਗ੍ਹਾ ਇਸ ਜਗ੍ਹਾ ਪਰੋਂ ਇਹ ਮਿਲਨੀ ਆ ਪਰ ਇਸ ਮਿਲਣਾ ਥੋੜਾ ਮੁਸ਼ਕਲ ਆ ਕਿ ਕਿ ਮੌਸਮ ਚੇਂਜ ਹੋਣਿਆ ਇਸਨੇ ਪੱਤੇ ਛਿੱਤੇ ਹੀ ਪੈਨੇ ਕੋਈ ਅਪਰਥੋਰੀ ਮੋਲੀ ਵਾ ਹਨਾ ਖੈਰ ਪਤਾ ਲੱਗਸੀ ਇਸ ਟਾਈਮ ਲੋਣਾ ਪਿਆ ਮੇ ਕਿ ਅਗਰ ਲਬ ਵੀ ਜਾਏ ਥੂ ਥੋੜੀ ਲਬਣੀ ਮੁਸ਼ਕਲ ਹੋਸੀ ਚਲੋ ਕਰ ਰਹੇ ਆਂ ਟ੍ਰਾਈ ਫਤ ਤੁਸੀਂ ਦੱਸਣੀਆਂ ਇਸ ਦਾ ਨਾਮ ਹੀ ਯਕੀਨ ਕਰੋ ਇਹ ਉਹ ਜਗ੍ਹਾ ਇੱਥਾ ਇਤਨੀ ਜ਼ਿਆਦਾ ਹੋਣੀ ਸੀ ਕਿ ਸੋਚੀ ਨਹੀਂ ਸਕਣਾ ਐ ਤੁਸੀਂ ਦੱਸਣੀਆਂ ਇਹ ਖੱਡੇ ਮਾਰੇ ਵੀ ਇਹ ਖੱਡੇ ਜੰਗਲੀ ਜਿਹੜੇ ਜਨਵਰ ਨਹੀਂ ਨਾ ਇਹ ਜਨਵਰ ਪੱਟੀ ਤੇ ਹੀ ਖਾਣੇ ਠੀਕ ਹੈ ਉਹਨੇ ਕੋਈ ਮੀ ਨਹੀਂ ਪਤਾ ਕੜੀ ਬਿਮਾਰੀ ਕੋਈ ਹੋਣੀ ਉਸ ਪਰ ਖਾਣੇ ਇਦ ਤੱਕ ਕਿ ਕਿਨੋ ਇਹ ਨਿੱਕੇ ਨਿੱਕੇ ਛੋਟੇ-ਛੋਟੀਆਂ ਜਗ੍ਹਾਵਾਂ ਪੱਟੀਆਂ ਵਾਂ ਠੀਕ ਹੈ ਇਸ ਜਨਵਰਾਂ ਨਾਲ ਸੇ ਸਿਆਖ ਨੇ ਇਸ ਨਾਲ ਆਸਨ ਤੋਂ ਲਾਪਿਆ ਹੋ ਸੀ ਨਜ਼ਰ ਆਛਣੋ ਸੀ ਇਹ ਸੇ ਰੀਏ ਜਿਹੜੇ ਥੇ ਸੀ ਨਾ ਉਸ ਕੱਢੀ ਖੈਸ਼ਰੀਆ ਬਕਾਇਆ ਮੈਂ ਤਕੀਰਿਆ ਕਿ ਕੋਈ ਇਸ ਵਿਲੇਜੇ ਮੇ ਇੱਕ ਬੂਟਾ ਤੱਕ ਨਹੀਂ ਨਜ਼ਰ ਆ ਪਟਨਾ ਦਾ ਦੂਰ ਨਹੀਂ ਗਾਲੀ ਚਲੋ ਨਜ਼ੀਰ ਟਰਾਈ ਕਰਨੀਆਂ ਇਹ ਕਿਤਨਾ بڑا ਏਰੀਆ ਉਥੂਕ ਨਹੀਂ ਇਹ ਸਾਰਾ ਮੇ ਏਰੀਆ ਇੱਕ ਵਾਰ ਕਰ ਚੁੱਕੇ ਹਾਂ ਹੁਣ ਉਥੋ ਗਿਆ ਜਾਣਾ ਪੀ ਉਹ ਸਾਡੇ ਅੱਛਾ ਜੀ ਹਰ ਜਗ੍ਹਾ ਮੈਂ ਸਿਲੋਨੇ ਸ਼ੁਰੂ ਕੀਤੀ ਚੈੱਕ ਕਰ ਸਕਣੀ ਹੋ ਕਿ ਇਹ ਜਗ੍ਹਾ ਵੀ ਆਦਾ ਠੀਕ ਆ ਇਹ ਜਗ੍ਹਾ ਵੀ ਆ ਚੱਕ ਕਰੋ ਠੀਕ ਆ ਔਰ ਮੈਨਸੇ ਦਸਨਾ ਇਸ ਜਗ੍ਹਾ ਵੀ ਇਹ ਜਿਹੜਾ ਬੂਟਾ ਸਨਾਟੀ ਨਾ ਨਾ ਜਿੱਥੇ ਜਿੱਥੇ ਆਸੇ ਨਾ ਇਸ ਜਨੋਰਾ ਸਾਰੇ ਗੱਡੀ ਖਾਈຊੁਰੇ ਠੀਕ ਆ ਇਹ ਕੋਈ ਪਤਾ ਨਹੀਂ ਗੜੀ ਬਿਮਾਰੀ ਨੂੰ ਇਲਾਜ ਕਰਨਾ ਰਿਹਾ ਪਰ ਉਸਿਆ ਮਾੜੀ ਬਿਮਾਰੀ ਜਿਹੜਾ ਕੋਈ ਬੂਟਾ ਤੇ ਛੂਰੀ ਜਾਵੇ ਯਕੀਨ ਕਰੋ ਫਰੀ ਫਰੀ ਆ ਨਿਕਾਇਆ ਬੂਟਾ ਇਕ ਲਬਾਇਆ ਉਸ ਵੇਲੇ ਨਾ फिरी फिरी आखिरकार ऐ जो लबी है ता वो नहीं दस्सी के इस जगह आई ता यह बिल्कुल निक तो निक है देखो ना मोनो निकिन बूटे बड़े नहीं है तक्निया कोई और ये बूटे तो में कसिया है देखो ना इथा भी की ये पट्टी पत्थ पट्टी करन आ रिया ਕੋਕੜੀ ਬਿਮਾਰੀ ਪਰ ਖਾਣੀਆਂ ਇਹ ਪੰਨੀਆਂ ਆ। ਇਹ ਸੰ ਪੰਨੀਆਂ ਮੈਂ। ਪਰ ਆਹ ਬੂਟਾ ਲੱਭਾ ਆ ਤਾਂ ਕਾਫੀ ਵਿਚਾਰੀ ਨੂੰ ਉਮਰ ਹੋਈ ਗਈ ਆ। ਚਾਜੀ ਫਿਰੀ 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 ਬੜੇ ਮੁਸ਼ਕਲਾਂ ਨਾਲ ਫਿਰ ਅੱਬਾ ਵੀ ਉੱਠਿਆ ਇਸੇ ਉਹਨਾਂ ਵੀ ਨਾਲ ਹੋਈ ਲੜਵਾਈ ਕਿ ਜੇ ਤਾਂ ਇਹ ਲੱਭੀ ਇਕ ਜੋਂ ਥੋੜੀ ਜੀ ਕਿ ਅੱਗਾ ਮੈਂ ਬਿਮਾਰ ਆਂ ਸਾ ਹਸਪੀਟਲ ਹੀ ਰਹਿਣੇ ਤੋਂ ਬਾਅਦ ਵੀ ਇਸ ਇਸ ਬੂਟੀ ਨਾਲ ਜਲਦੀ ਮੈਂ ਠੀਕ ਹੋਇਆ ਆਂ ਸਾ। ਸਿਦਾਰ ਦਫਰਨ ਦੱਸਿਆ ਸੇ ਇਹ ਬਈਆਂ ਖਾਸੇ ਟ੍ਰੈਂਡ ਮੇ ਠੀਕ ਹੋ ਸੇ ਤੇ ਇਹ ਬੂਟੀ ਇਸਤੇਮਾਲ ਕਰੇਉਂ ਪਹਿਲੇ ਮੈਂ ਠੀਕ ਹੋਈ ਜਾਂ ਸਾਂ ਇਸ ਵਜ੍ਹਾ ਤੋਂ ਜੇ ਅਗਰੇ ਇਹ ਬਿਮਾਰੀ ਹੋਈ ਜੈਂਡਸ ਨਹੀਂ ਤਾਂ ਇਸ ਨਾਲ ਮੈਂ ਜਲਦੀ ਠੀਕ ਹੋ ਜਾਸਾਂ ਜੇ ਹੋਰ ਕੋਈ ਹੋਈ ਨਾ ਤਾਂ ਦਵਾਈਆਂ ਨਹੀਂ ਖਾਸ ਹੋਸ ਨਾ ਠੀਕ ਹੋਈ ਦਸਾਂ ਉਸਾ ਦੋ ਤਰੀਕੇ ਨਾਲ ਇਲਾਜ ਕਰਨਾ ਪੈਸੀ ਸਾਹਸ ਕਾਫੀ ਜ਼ਿਆਦਾ ਹੈ ਚੰਨੀਆਂ ਮਾਰੇ ਅੱਖਾਂ ਵਿੱਚ ਸਭ ਤੋਂ ਜ਼ਿਆਦਾ ਦਰਦ ਆਇਲਾ ਕੱਬਦਾ ਇਹ ਅੱਜ ਇਹ ਵੀਡੀਓ ਅਪਲੋਡ ਹੋਸੀ ਵੀ ਜਾਂ ਨਹੀਂ जे जा तबीयत तो खराब होएगी तो फिर मुश्किल तो बेहतर तो फिर इनशा पूरी कोशिश वीडियो में अपलोड करी छोड़स जी तीन तो दस चलने के आखने मिठ्ठे भी चंगे होने तो मिठ्ठे भी खाने कहीं सेहत सैट होनी जाली वो मस मैं उस भी तो साफ कर सैन्ठे सा। खाई कच्छा जी ती तो चलें ਜਿਹੜੀ ਆਂਦੀ ਸੀ ਨਾ ਉਹ 부ਟੀ ਉਸ 부ਟੀ ਨੇ ਐਮ ਐਚ ਸੀਡ ਬਣਾਣਾ ਪਿਆ ਠੀਕ ਆ ਇਸ ਨਾਲ ਵਿਜਾ ਤੰਦੇ ਸੈਂਦਿਸ ਨੇ ਉਸ ਇਹ ਜਿਹੜਾ ਵੀ ਦਿਸੀਆਂ ਆਪਸੰ ਇਹ ਉਹ ਜਣਾ ਹੀ ਆ ਠੀਕ ਆ ਕੀ ਬੰਦੇ ਸੁਜਨੇ ਆਸ ਨੂੰ ਇਹ ਰਾ ਦਵਾਈਆਂ ਸਭ ਜ਼ਿਆਦਾ ਵੈਸਤੀਆਂ ਆ